ਭਾਜੀ ਸੀਨ ਤੁਸੀਂ ਖਰਾਬ ਕਰ ਛੱਡਿਆ। ਕਿਹੜਾ ਸੀਨ ਖਰਾਬ ਕਰ? ਤੇਰਾ ਸੀਨ ਖਰਾਬ ਕਰਤਾ ਮੈਂ? ਹੈ ਸਾਡੇ ਜ਼ੋਰ ਲੱਗਦੇ ਤੇ ਤੂੰ ਸੀਨ ਖਰਾਬ ਕਰਤਾ? ਐਡਾ ਪਰਫੈਕਟ ਸੀਨ ਹੋ ਰਿਹਾ, ਕਿਹੜਾ ਸੀਨ ਖਰਾਬ? ਉਹ ਭਾਜੀ ਉਹਨੇ ਕਹਿਣਾ ਸੀ ਕਿ ਮੈਂ ਮਿਸਤਰੀਆਂ ਦੇ ਮਗਰ ਦਿਹਾੜੀ ਲਾਵਾਂਗਾ, ਤੇਰੇ ਪੈਸੇ ਵਾਪਸ ਦੇ ਦੇਵਾਂਗਾ। ਗੱਲ ਐ ਕਰਨੀ ਸੀ, ਤੁਸੀਂ ਕੀਤੀ ਨਹੀਂ? ਕਰ ਲੈਨੇ ਆ। ਨਹੀਂ ਮੇਰੀ, ਮੈਂ ਡਾਇਰੈਕਟਰ ਆ, ਮੈਂ ਆਪਣੀ ਮਰਜ਼ੀ ਨਾਲ ਕੰਮ ਕਰਾਣਾ। ਆਪਣੀ ਮਰਜ਼ੀ ਨਾਲ ਕਿਉਂ? ਹਾਂ ਜੋ ਤੂੰ ਲਿਖਿਆ ਸੀ ਕਰ ਦਿੱਤਾ, ਤੇ ਉਹਨੇ ਆਪਣਾ ਡਿਸੀਜਨ ਨਹੀਂ ਬੋਲਿਆ। ਮਿਸਤਰੀਆਂ ਨਾਲ ਤੇ ਮਜ਼ਦੂਰਾਂ ਨਾਲ ਤਾਂ ਪੱਲੇ ਹੀ ਪਾ ਰਿਹਾ। ਕਿਹੜਾ ਤੂੰ ਇੱਟਾ, ਤੇਰੀ ਮਾਂ ਨਹੀਂ ਅਸੀਂ ਪਾਣੇ, ਤੇਰੇ ਮੈਂ ਮੂੰਹ ਤੇ ਚਪੇੜ ਕੱਢ ਮਾਰੀ। ਉਹ ਭਾਜੀ ਬਦਤਮੀਜ਼ੀ ਕਰਨੇ ਆ, ਨਹੀਂ ਬਦਤਮੀਜ਼ੀ ਕਰਨੇ ਆ। ਮੇਰੀ ਗੱਲ ਸੁਣੋ, ਬਦਤਮੀਜ਼ੀ ਮੈਂ ਨਹੀਂ ਕਰ ਰਿਹਾ, ਤੁਸੀਂ ਕਰ ਰਹੇ ਹੋ। ਡਾਇਰੈਕਟਰ ਤੇ ਵੇਖ ਆ, ਮੇਰੀ ਗੱਲ ਦਾ ਕੀ ਚੱਲ ਗਿਆ ਮਿਸਤਰੀਆਂ ਨਾਲ? ਬੰਦੇ ਮਰਵਾ ਮਰਵਾ ਯਾਰ, ਮੈਂ ਬੰਦੇ ਕਿਉਂ ਮਰਵਾਵਾ? ਮਿਸਤਰੀਆਂ ਪਿੱਛੇ ਜਾਏਗਾ ਉਹ ਯਾਰ, ਮੇਰਾ ਸੀਨ ਹੈ, ਪੂਰੀਆਂ ਕਰੇਗਾ। ਅੱਛਾ ਸੀਨ ਹੋਇਆ, ਉਹ ਸੀਨ ਬੋਲਣਾ ਹੈ, ਕਾਮੇਡੀ ਸੀਨ ਹੈ ਭਾਈ, ਮੈਂ ਉਹਨੂੰ ਯਾਦ ਕਰਾਇਆ। ਜੀ ਦੋਸਤੋ, ਮੈਂ ਖਾਨ ਅਲੀ ਤੇ ਸਾਰੇ ਦੋਸਤਾਂ ਦਾ, ਵੀਰਾਂ ਦਾ ਦਿਲ ਤੋਂ ਸ਼ੁਕਰੀਆ, ਜਿੰਨੇ ਵੀ ਦੋਸਤ ਮੈਨੂੰ ਪਿਆਰ ਕਰਦੇ ਨੇ, ਮੁਹੱਬਤ ਕਰਦੇ ਨੇ। ਇਹ ਤੁਸੀਂ ਜਾ ਕੇ ਦੇਖੋ, ਇਹ ਸਾਰੇ ਐਕਟਰ ਇਕੱਠੇ ਹੋ ਗਏ ਨੇ ਅਤੇ ਮੈਂ ਗਲਤ ਹੋ ਗਿਆ। ਅਤੇ ਐਕਟਰ ਇੰਝ ਤਾਂ ਨਹੀਂ ਕਰਦੇ ਜਿਵੇਂ ਇਹ ਮੇਰੇ ਨਾਲ ਕਰ ਰਹੇ ਨੇ, ਇਹ ਤਾਂ ਚਵਲਾਂ ਵਾਲੀਆਂ ਹੋ ਗਈਆਂ ਨਾ ਹਰਕਤਾਂ। ਅਤੇ ਤੁਹਾਡੇ ਸਪੋਰਟ ਦੀ, ਤੁਹਾਡੇ ਮੁਹੱਬਤ ਦਾ ਬਹੁਤ ਸ਼ੁਕਰੀਆ। ਮੇਰਾ ਦੂਸਰਾ ਚੈਨਲ ਹੈ ਸਹਾਰਾ ਬਣੋ, ਉਹਨੂੰ ਲਾਜ਼ਮਨ ਤੁਸੀਂ ਵਾਚ ਕਰਨਾ, ਦੇਖਣਾ, ਸ਼ਾਇਦ ਤੁਹਾਡੇ ਦੇਖਣ ਨਾਲ ਕਿਸੇ ਗਰੀਬ ਦੀ ਮਦਦ ਹੋ ਜਾਵੇ। ਸਹਾਰਾ ਬਣੋ ਯੂਟਿਊਬ 'ਤੇ ਚੈਨਲ ਹੈ ਮੇਰਾ, ਅਤੇ ਤੁਹਾਡਾ ਦਿਲ ਤੋਂ ਸਾਰੇ ਦੋਸਤਾਂ ਦਾ ਸ਼ੁਕਰੀਆ ਅਗਰ ਤੁਸੀਂ ਉਹ ਜਾ ਕੇ ਚੈਨਲ ਵੇਖਦੇ ਹੋ। ਕਿਸੇ ਗਰੀਬ ਦੀ, ਮਾੜੇ ਦੀ, ਭਰਾ ਦੀ ਮਦਦ ਹੋ ਜਾਏਗੀ ਤੁਹਾਡੇ ਵੇਖਣ ਨਾਲ। ਪਾਕਿਸਤਾਨ ਜ਼ਿੰਦਾਬਾਦ। ਅਸੀਂ ਵੇਲੇ ਲੋਕ, ਅਸੀਂ ਵੇਲੇ ਲੋਕ, ਅਸੀਂ ਵੇਲੇ ਲੋਕ, ਵੇਲੇ। ਕੈਮਰਾ ਐਕਸ਼ਨ, ਨੂਰੀ ਦਾਤਾ ਏ। ਜਿੱਦੋਂ ਵੀ ਮੈਂ ਉਹਨਾਂ ਨਾਲ ਸੋਣੀਏ, ਕੜੀ ਮੁੜੀ ਕੜੀ ਮੁੜੀ, ਤੂੰ ਹੀ ਮੇਰੇ ਮੱਥੇ ਲੱਗਣੀ ਏ। ਕਿੱਥੇ ਵੇ ਤੇਰਾ ਇਜ਼ਤਾਂ ਤੇ ਗੈਰਤਾਂ ਵਾਲਾ ਭਰਾ ਮੌਲਾ ਚੱਟ? ਤੂੰ ਕੀ ਇੱਥੇ ਕਰਨ ਆਇਆ? ਓਏ ਤੇਰੇ ਭਰਾ ਨੇ ਸਾਡੇ ਬਾਗ ਚੋ ਕਿੰਨੋ ਤਰੋੜ ਨੇ, ਉੱਤੋਂ ਸਾਡੇ ਨਾਲ ਲੜਦਾ ਏ, ਤੇ ਉਸ ਕਿੰਨੋ ਦੇ ਪੈਸੇ ਲੈਣ ਆਇਆ। ਮੂੰਹ ਮੱਥੇ ਵੀ ਲੱਗਣੀ ਏ, ਸੋਹਣੀ ਸੁਨੱਖੀ ਵੀ ਏ। ਜੇ ਤੂੰ ਆਖੇ ਤੇ ਮੈਂ ਤੇਰੇ ਭਰਾ ਨੂੰ ਪੈਸੇ ਛੱਡ ਦਿਆਂ। ਨੋ 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 ਨੋ, ਮੇਰਾ ਭਰਾ ਹੀ ਦੇਵੇਗਾ। ਓਏ ਮੈਂ ਚਾਹੁੰਦਾ ਵਾਂ ਕਿ ਤੇਰੀ ਤੇ ਮੇਰੀ ਮੁਲਾਕਾਤਾਂ ਦਾ ਕੋਈ ਬਹਾਨਾ ਬਣਿਆ ਰਵੇ ਸੋਹਣੀਏ। ਹੁਣ ਮੇਰੇ ਕੋ ਬਰਦਾਸ਼ਤ ਦੀ ਹੱਦ ਮੁੱਕ ਗਈ ਆ। ਤੂੰ ਬੁਲਾ ਆਪਣੇ ਵੀਰ ਨੂੰ ਜੇ ਤੂੰ ਨਹੀਂ ਰਹਿ ਸਕਦੀ ਤੇ। ਰੋਸ਼ਨਾ ਰੋਸ਼ਨਾ ਤੇਰੇ ਬਗੈਰ ਚੱਟ ਦਾ ਰਹਿ ਗਏ, ਮੈਂ ਸਾਲ ਰਾਗੀ ਲਾ ਦਿਆਂਗਾ। ਜੱਟ ਨਾ ਹੀ ਮੇਰਾ ਮੌਲਿਆ, ਅੱਜ ਤੂੰ ਏਡਾ ਹੀ ਬਹਾਦਰ ਏ ਤੇ ਫਿਰ ਨੂਰੀ ਨੱਤ ਦੇ ਪੈਸੇ ਤਿੰਨਵਾਂ ਦੇ 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 ਓਏ। ਮੌਲੇ ਨੂੰ ਮੌਲਾ ਨਾ ਮਾਰੇ ਤੇ ਮੌਲਾ ਨੇ ਮਾਰਦਾ ਝੂਠਿਆ ਨੂਰੀਆ। ਅੱਜ ਸਮਝ ਵਿੱਚ ਤੂੰ ਪੈਸੇ ਨਾ ਕੀਤੇ ਤੇ ਨੂਰੀ ਤੇਰੇ ਡੱਕਰੇ ਡੱਕਰੇ ਕਰੇਗਾ ਤੇ ਹਰ ਡੱਕਰੇ ਚੋਂ ਆਵਾਜ਼ ਆਏਗੀ, ਨੂਰੀ ਨੱਤ ਨੱਤ ਨੱਤ। ਨੱਤਾ ਮੈਂ ਤੇਰੀ ਤਾਂ ਲਾ ਕੇ ਕੁੱਤਿਆਂ ਦੇ ਚਮਕਾਦੜਾਂ ਕੇ ਪਾ ਦਿਆਂਗੇ ਤੇ ਉਹ ਵੀ ਖਾਣ ਤੋਂ ਇਨਕਾਰ ਕਰਕੇ। ਇਸ ਲਈ ਕਿ ਮੌਲਾ ਜੱਟ ਜਿਹੜੀ ਗੱਲ ਕਰਦਾ ਪੂਰੀ ਕਰਦਾ। ਓਏ ਬੋਲ ਤੇ ਬੜੇ ਬੜੇ ਵੱਡੇ ਬੋਲਣਾ ਆਪਣੇ ਕੱਦ ਨਾਲੋਂ ਵੀ ਵੱਡੇ।
ਤੇਰੇ ਕੋ ਨੂਰੀ ਨੱਤ ਦਾ 150 ਰੁਪਈਆ ਦਿੱਤਾ ਤੇ ਜਾ ਨਹੀਂ ਰਿਹਾ ਓਏ 150 ਕਲਾਈਏ ਓਏ ਕਿੰਨਾ ਜਿਹੜੇ ਤਰੋੜ ਤਰੋੜ ਖਾਂਦਾ ਰਿਹਾ ਤੇ ਨਾਲੇ ਜੀਬਾਂ ਜੀ ਪਾਂਦਾ ਰਿਹਾ ਓਏ ਉਹਨਾਂ ਨੂੰ ਪਾਲਿਸ਼ ਕਰਾ ਕੇ ਮੈਨੂੰ ਦਿੱਤੇ ਨਹੀਂ ਓਏ ਕਿੰਨਾ ਤੇ 50 ਰੁਪਏ ਦਾ 2500 ਆ ਜਾਂਦਾ ਉਸ ਲੈ ਨਾ ਜਿੱਥੋਂ 2550 ਦਾ ਮਿਲਦਾ ਇਹ ਸਪੈਸ਼ਲ ਕਿੰਨੋ ਨੇ ਨੂਰੀ ਨੱਤ ਦੇ ਲੱਗਦੇ ਕੱਟ 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 ਹਲੋ ਕੀ ਗੱਲ ਏ ਕੀ ਹੋਇਆ ਭਾਜੀ ਤੁਹਾਨੂੰ ਕਿਹਾ ਸੀ ਕਿ ਮਿਸਤਰੀਆਂ ਦੇ ਨਾਲ ਕੰਮ ਕਰੀਦਾ ਕਿੱਥੇ ਤੁਸੀਂ ਕੰਮ ਕੀਤਾ ਮੇਰੀ ਗੱਲ ਸੁਣ ਕਿ ਮਿਸਤਰੀਆਂ ਦੇ ਨਾਲ ਮੈਂ ਕੰਮ ਕਾਹਦੋਂ ਕਰਾਂ ਬਕਵਾਸ ਕਰ ਰਿਹਾ ਤੂੰ ਆਪਣੀ ਭਾਜੀ ਸੀਨ ਤੁਸੀਂ ਖਰਾਬ ਕਰ ਛੱਡਿਆ ਕਿਹੜਾ ਸੀਨ ਖਰਾਬ ਕਰ ਤੇਰਾ ਸੀਨ ਖਰਾਬ ਕਰਤਾ ਮੈਂ ਹੈ ਸਾਡੇ ਜ਼ੋਰ ਲੱਗਦੇ ਤੇ ਤੂੰ ਸੀਨ ਖਰਾਬ ਕਰਤਾ ਐਡਾ ਪਰਫੈਕਟ ਸੀਨ ਹੋ ਰਿਹਾ ਕਿਹੜਾ ਸੀਨ ਖਰਾਬ ਉਹ ਭਾਜੀ ਉਹਨੇ ਕਹਿਣਾ ਸੀ ਕਿ ਮੈਂ ਮਿਸਤਰੀਆਂ ਦੇ ਮਗਰ ਦਿਹਾੜੀ ਲਾਵਾਂਗਾ ਤੇਰੇ ਪੈਸੇ ਵਾਪਸ ਦੇ ਦਿਆਂਗਾ ਗੱਲ ਐ ਕਰਨੀ ਸੀ ਤੁਸੀਂ ਕੀਤੀ ਨਹੀਂ ਕਰ ਲੈਂਦੇ ਆ ਨਹੀਂ ਮੇਰੀ ਮੈਂ ਡਾਇਰੈਕਟਰ ਆ ਮੈਂ ਆਪਣੀ ਮਰਜ਼ੀ ਨਾਲ ਕੰਮ ਕਰਾ ਲੈ ਆਪਣੀ ਮਰਜ਼ੀ ਨਾਲ ਕਿਉਂ ਹਾਂ ਜੋ ਤੂੰ ਲਿਖਿਆ ਸੀ ਕਰ ਦਿੱਤਾ ਤੇ ਉਹਨੇ ਆਪਣਾ ਡਿਸੀਜਨ ਨਹੀਂ ਬੋਲਿਆ ਮਿਸਤਰੀਆਂ ਨਾਲ ਤੇ ਮਜ਼ਦੂਰਾਂ ਨਾਲ ਤੇ ਕੁਪੱਲੇ ਹੀ ਪਾ ਰਿਹਾ ਇਹ ਕਿਹੜਾ ਤੂੰ ਇੱਟਾ ਤੇਰੀ ਮਾਣੀ ਆ ਸੀ ਪਾਣੇ ਤੇਰੇ ਮੈਂ ਮੂੰਹ ਤੇ ਚਪੇੜ ਕੱਢ ਮਾਰੀ ਉਹ ਭਾਜੀ ਬਦਤਮੀਜ਼ੀ ਕਰਨੇ ਆ ਨਹੀਂ ਇਹ ਬਦਤਮੀਜ਼ੀ ਕਰਨੇ ਆ ਮੇਰੀ ਗੱਲ ਸੁਣੋ ਬਦਤਮੀਜ਼ੀ ਮੈਂ ਨਹੀਂ ਕਰ ਰਿਹਾ ਤੁਸੀਂ ਕਰ ਰਹੇ ਹੋ ਡਾਇਰੈਕਟਰ ਤੇ ਵੇਖ ਆ ਮੇਰੀ ਗੱਲ ਦਾ ਕੀ ਲੱਗੇ ਮਿਸਤਰੀਆਂ ਨਾਲ ਮੈਂ ਤੁਹਾਨੂੰ ਬਕਵਾਸ ਕਰ ਯਾਰ ਮੈਂ ਕਾਮੇਡੀ ਫਿਲਮ ਬਣਾ ਰਿਹਾ ਕਾਮੇਡੀ ਬਣਾ ਰਹੇ ਤੇ ਇਹ ਵੀ ਕਾਮੇਡੀ ਫਿਕਰ ਹੀ ਨੇ ਮੇਰੀ ਗੱਲ ਸੁਣੋ ਕੰਮ ਕਰੋ ਮੇਰੀ ਮਰਜ਼ੀ ਦਾ ਹੁਣ ਸਮਝ ਆਈ ਤੇਰੀ ਮਰਜ਼ੀ ਨਾਲ ਹੀ ਕਰ ਰਹੇ ਉਹ ਦੱਸਿਆ ਉਹ ਕੀਤਾ ਹੈ ਤੇ ਡਾਇਰੈਕਟਰ ਜੋ ਕਹੇਗਾ ਕਰੋ ਤੇ ਉਹ ਹੀ ਕਰ ਰਹੇ ਆ ਯਾਰ ਡਾਇਰੈਕਟਰ ਕਹੇਗਾ ਮੇਰਾ ਕਹੇਗਾ ਸਾਨੂੰ ਡਾਇਰੈਕਟਰ ਮੇਰੀ ਗੱਲ ਸੁਣੋ ਮੇਰੇ ਤੇ ਹੱਥ ਨਾ ਚੁੱਕੋ ਕਿਉਂ ਤੇਰੇ ਤੇ ਹੱਥ ਨਾ ਮੈਂ ਚੁੱਕਾਂ ਬਦਤਮੀਜ਼ੀ ਨਹੀਂ ਕਰਦਾ ਜ਼ੋਰ ਲੱਗਦੇ ਨੇ ਮੈਂ ਕਰਾ ਫਿਰ ਕੀ ਜਾਂਦਾ ਤੇ ਪੈਸੇ ਨਹੀਂ ਲੈ ਪੈਸੇ ਇੰਜ ਲੈ ਨੇ ਸਾਡੇ ਗਲੇ ਪਾੜ ਕੇ ਤੇਰੇ ਪੈਸੇ ਲੈ ਨੇ ਫਿਰ ਉਹੀ ਗੱਲ ਬਦਤਮੀਜ਼ੀ ਕਰ ਰਿਹਾ ਬਦਤਮੀਜ਼ੀ ਕਰ ਮੈਨੂੰ ਤਮੀਜ਼ ਨਾ ਕੰਮ ਕਰ ਓਏ ਕਿੰਨੂੰ ਕਹਿ ਰਿਹਾ ਫਲ ਨਹੀਂ ਬੋਲਦਾ ਕਿ ਇਹਦੀ ਤਮੀਜ਼ ਨਹੀਂ 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 ਮੇਰੀ ਐ ਵੇ ਵੇ ਨਾ ਤਮੀਜ਼ ਨਾ ਕੰਮ ਕਰ ਰਿਹਾ ਕਿਹੜੀ ਤਮੀਜ਼ ਐ ਗਲਤ ਬੋਲਦਾ ਹੀ ਨਾ ਪਿਆ ਮੇਰੀ ਗੱਲ ਸੁਣੋ ਤੁਸੀਂ ਹੁਣ ਸਾਰੇ ਰਲ ਗਏ ਹੋ ਸਮਝ ਆਈ ਤੁਸੀਂ ਤੂੰ ਵੀ ਰਲ ਗਈ ਹੈ ਵਿੱਚ ਤੇਰੀ ਅੰਮਾ ਨੇ ਮੇਰੇ ਵੱਲ ਭੇਜਿਆ ਤੈਨੂੰ ਤੇਰੀ ਅੰਮਾ ਨੇ ਤੈਨੂੰ ਭੇਜਿਆ ਤੇ ਹੋਰ ਕੀ ਤੂੰ ਬੜਾ ਹੈਡ ਮਾਸਟਰ ਐ ਵੇ ਲੋ ਫੇਰ ਬਦਤਮੀਜ਼ੀ ਬਦਤਮੀਜ਼ੀ ਨਹੀਂ ਖਲੋ ਜਾਣੇ ਉਹ ਬੜੀ ਤਰਫਦਾਰੀ ਕਰ ਰਹੀ ਹੈ ਹਾਂ ਤੇ ਮੇਰੀ ਮਾਂ ਨੇ ਮੈਨੂੰ ਕਿਉਂ ਭੇਜਿਆ ਇਹ ਗੇਨ ਉਹ ਤੇ ਮਾਂ ਤੂੰ ਤੁਸੀਂ ਸਾਰੇ ਮਿਲ ਗਏ ਆਪ ਨਹੀਂ ਖਲੋ ਨਹੀਂ ਤੇਰੀ ਮਾਂ ਦਾ ਤੇਰੀ ਬਦਰੀ ਮਾਂ ਨਹੀਂ ਵੇ ਕੋਨਾ ਬਦਤਮੀਜ਼ੀ ਔਰਤ ਨਾਲ ਨਹੀਂ ਕਰਨੀ ਔਰਤ ਨਾਲ ਨਹੀਂ ਕਰਨੀ ਕੌਣ ਜੀ ਤੂੰ ਉਹ ਮੇਰੀ ਗੱਲ ਸੁਣੋ ਸੀਨ ਇੱਕ ਤੁਸੀਂ ਉਹ ਮੈਂ ਤੁਸੀਂ ਵਿੱਚ ਬੋਲਣਾ ਹੀ ਕਿ ਤੇਰੀ ਤਰਫਦਾਰੀ ਕਰੀ ਜਾ ਰਹੀ ਹੈ ਮੇਰੀ ਗੱਲ ਸੁਣੋ ਕਿੱਥੇ ਲੱਗੇ ਤੁਸੀਂ ਗਲਤ ਬਿਆਨ ਨਹੀਂ ਕੀਤੀ ਹੈ ਮੈਨੂੰ ਬਿਆਨ ਨਹੀਂ ਕਿੱਥੇ ਕੀਤੀ ਹੈ ਮੇਰੀ ਗੱਲ ਸੁਣੋ ਇਹ ਸੀਨ ਇਹਦਾ ਪਰਫੈਕਟ ਕੀਤਾ ਅੱਛਾ ਸੀਨ ਹੋਇਆ ਇਹ ਗਲਤ ਹੈ ਸੱਚਾ ਅਸੀਂ ਝੂਠੇ ਹਨਾ ਗਲਤ ਸੀਨ ਹੋਰ ਇਹਨਾਂ ਲੱਗਿਆ ਸੀਨ ਗਲਤ ਕਰ ਰਹੇ ਹੋ ਦੇਖੋ ਉਹ ਆ ਰਹੀ ਹੈ ਇਹਦੀ ਮਾਂ ਬਣ ਕੇ ਨਾ ਤੇ ਤਰਫਦਾਰੀ ਇਹਦੀ ਕਰਦੀ ਹੈ ਉਹ ਤੇਰੇ ਨਾਲ ਕਿਉਂ ਨਾ ਕਰਾਂ ਮੇਰੀ ਮਾਂ ਨੇ ਤਾਂ ਮਾਂ ਨਾਲ ਭੇਜਿਆ ਤੇਰੀ ਮਾਂ ਨੇ ਤਾਂ ਮਾਂ ਨਾਲ ਤੇ ਸਾਨੂੰ ਕੰਮ ਗਲਤ ਕਰਾਵੇ ਹੋ ਨਹੀਂ ਮੇਰੀ ਗੱਲ ਸੁਣੋ ਹੱਥ ਨਾ ਲੈਣ ਮੈਂ ਸੁਣੋ ਸੀਨ ਬੋਲੋ ਭਾਜੀ ਤੁਸੀਂ ਸੀਨ ਬੋਲਣਾ ਸੀਨ ਬੋਲੋ ਬੋਲਣਾ ਸੀਨ ਵੇ 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 ਆ ਸੀਨ ਬੋਲੋ ਤੇਰੀ ਭੈਣ ਦੀ ਵੇ 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 ਸੀਨ ਕੰਮ ਕਰਨਾ ਭਾਈ ਕੰਮ ਕਰੋ ਪੈਸੇ ਨਹੀਂ ਜਲੇ ਪੈਸੇ ਲੈ ਤੇ ਕੰਮ ਹੀ ਕਰਨੇ ਆ ਕੰਮ ਨਹੀਂ ਸੀ ਕੀਤਾ ਵੇ ਕੀ ਕੰਮ ਨਹੀਂ ਸੀ ਹੋਰ ਕਿਹਨੂੰ ਕੰਮ ਕਰਨਾ ਨਹੀਂ ਐ ਬਦਤਮੀਜ਼ੀ ਨਹੀਂ ਕਰਨੀ ਪਿੱਛੇ ਆ ਦੋ ਬਦਤਮੀਜ਼ੀ ਮੈਂ ਕੰਮ ਕਹਿੰਦੇ ਨਹੀਂ ਨਹੀਂ ਮੇਰੀ ਗੱਲ ਸੁਣੋ ਬਦਤਮੀਜ਼ੀ ਨਹੀਂ ਕਰਨੀ ਹੋਰ ਕਹਿੰਦਾ ਕੀ ਕਰਾਂ ਮੈਂ ਕੰਮ ਕਰੋ ਕਰੋ ਨਹੀਂ ਕੰਮ ਕਰ ਨਹੀਂ ਕੰਮ ਨਹੀਂ ਕੀਤਾ ਕੰਮ ਕਰੋ ਫਿਰ ਆਪਣਾ ਆਸੀਆ ਇਧਰ ਆ ਜਾ ਪਰਾਂ ਲੈ ਜਾ ਨੂੰ ਝੂਠੀ ਚਕੋਰੀ ਨੂੰ ਤੂੰ ਝੂਠਾ ਮੈਂ ਤੇਰੇ ਦੰਦ ਕੱਢ ਦਿਆਂਗਾ ਸਾਰੇ ਪਨਾ ਮੇਰੀ ਗੱਲ ਸੁਣੋ ਦੰਦ ਕਿਉਂ ਕਰਨੀ ਯਾਰ ਕੰਮ ਕਰੋ ਓ ਯਾਰ ਕੰਮ ਹੀ ਕਰਨੇ ਆ ਤੂੰ ਸੀਨ ਗਲਤ ਬੋਲੋ ਤੇਰੇ ਸੀਨ ਸੀਨ ਬੋਲਿਆ ਦੁਬਾਰਾ ਬੋਲੋ ਪਾਜੀ ਇੱਥੇ ਖਲੋ ਕੇ ਕਹਿਣਾ ਕਿ ਮਿਸਤਰੀਆਂ ਦੀ ਦਿਹਾੜੀ ਲਾਵਾਂਗਾ ਤੈਨੂੰ 150 ਫੇਰ ਦਾਂਗਾ ਕਿਉਂ ਕਵੇਂਗਾ ਓ ਯਾਰ ਸੀਨ ਕਿਉਂ ਕਵੇਂ ਹੋ ਐ ਹੀ ਕਹਿਣਾ ਬੰਦੇ ਮਰਵਾ ਮਰਵਾ ਯਾਰ ਬੰਦੇ ਕਿੱਥੋਂ ਮੈਂ ਮਰਵਾਵਾਂ ਪਾਗਲ ਹੋਰ ਕੀ ਕੰਮ ਹੈ ਐ ਇੰਜ ਕਰ ਬੰਦੇ ਨਹੀਂ ਯਾਰ ਪਾਗਲ ਹੈ ਤੂੰ ਭਾਈ ਤੇਰਾ ਕੰਮ ਨਹੀਂ ਤੇ ਬਾਕਰ ਤੇ ਤੂੰ ਹੋ ਗਏ ਓਏ ਯਾਰ ਮੈਂ ਬੰਦੇ ਕਿਉਂ ਬਰੋਵਾ ਮਿਸਤਰੀਆਂ ਪਿੱਛੇ ਜਾਏਗਾ ਉਹ ਯਾਰ ਮੇਰਾ ਸੀਨ ਹੈ ਮੂਰੀਆਂ ਕਰੇਗਾ ਸੀਨ ਤਾਂ ਮੈਂ ਕਿਸ ਤੇ ਗਾ ਅੱਛਾ ਸੀਨ ਹੋਇਆ ਓ ਸੀਨ ਬੋਲਣਾ ਹੈ ਕਾਮੇਡੀ ਸੀਨ ਹੈ ਭਾਈ ਮੈਂ ਉਹਨੂੰ ਯਾਦ ਕਰਾਇਆ ਤੂੰ ਹੀ ਕਿ ਓਏ ਉਹਨੂੰ ਦਾਲਾ ਬਤਾ ਚੱਪ ਕਾਨੇ ਚਮਚੀਏ ਚਮਚੀਏ ਇੱਕ ਮਿੰਟ ਮੇਰੀ ਐ ਬਦਤਮੀਜ਼ੀ ਮੇਰੀ ਗੱਲ ਸੁਣੋ ਮੈਡਮ ਜੀ ਬਦਤਮੀਜ਼ੀ ਨਹੀਂ ਕਰਨੀ ਬਦਤਮੀਜ਼ੀ ਨਹੀਂ ਕਰਨੀ ਬਦਤਮੀਜ਼ੀ ਕਿਉਂ ਨਾ ਕਰਾਂ ਬਦਤਮੀਜ਼ੀ ਨਹੀਂ ਕਰਨੀ ਤੁਸਾਂ ਵੀ ਨਹੀਂ ਸੀਨ ਬੋਲੋ ਭਾਜੀ ਸੀਨ ਦੁਬਾਰਾ ਉੱਥੇ ਜਾਓ
ਸੀਨ ਦੱਸ ਕਿਉਂ ਕਰੀਏ ਦੁਬਾਰਾ ਹੀ ਭਾਜੀ ਉੱਥੋਂ ਇੱਥੇ ਖਲੋ ਕੇ ਉਹ ਸੀਨ ਬੋਲਣ ਦੇ ਮੇਰੇ ਪੈਸੇ ਦਿਓ ਆਖਰ ਮੈਂ ਮਿਸਤਰੀ ਮੈਂ ਕਿਹਾ ਪੈਸੇ ਦਿਓ ਮਿਸਤਰੀ ਵਾਲੀ ਤੇ ਗੱਲ ਹੈ ਹੀ ਨਹੀਂ ਵਿੱਚ ਭਾਜੀ ਆ ਕੇ ਮੇਰੇ ਨਾਲ ਲੜਾਈ ਪਾਣੀ ਹੈ ਉਹਨਾਂ ਪੈਸੇ ਦੀ ਭਾਜੀ ਮੈਂ ਭਾਜੀ ਮੇਰੀ ਮੈਨੂੰ ਤਾਂ ਪਤਾ ਕੀ ਕਰਨਾ ਉੱਥੇ ਦੁਬਾਰਾ ਹੋ ਕੇ ਉੱਥੇ ਉੱਥੇ ਚਲੋ ਉੱਥੇ ਉੱਥੇ ਚਲੋ ਚਲੋ ਆਪਣੇ ਆਪਣੇ ਉਹਨੇ ਤਾਂ ਜਾਣਾ ਸੀ ਕਿਉਂ ਜਾਈਏ ਭਾਜੀ ਉੱਥੇ ਸੀਨ ਦੁਬਾਰਾ ਇੱਥੇ ਤੁਸੀਂ ਭਾਜੀ ਕਿਉਂ ਨਹੀਂ ਹੋਣਾ ਨਹੀਂ ਹੋਣਾ ਇਹ ਸਹੀ ਕੀਤਾ ਤੂੰ ਸੀਨ ਕਰਨਾ ਪਏਗਾ ਤੁਹਾਨੂੰ ਕਿਉਂ ਕਰਨਾ ਪਏਗਾ ਕਿਉਂ ਨਹੀਂ ਤੁਸੀਂ ਸੀਨ ਕਰਨਾ ਆਸਾਨੀਆ ਕਰਨਾ ਬਾਰ-ਬਾਰ ਨਹੀਂ ਤੂੰ ਕਰਨਾ ਤੈਨੂੰ ਕਹਿੰਦੇ ਸੀਨ ਕਰਨਾ ਤੂੰ ਸਾਨੂੰ ਪਾਗਲ ਸਮਝਿਆ ਮੈਂ ਡਾਇਰੈਕਟਰ ਆ ਮੈਂ ਪੈਸੇ ਦਿੱਤੇ ਨੇ ਐ ਬਾਂਦਰੀ ਜੀ ਐ ਟਰੱਕ ਤੋਂ ਲਾਗ ਲਾਂਦੀ ਐ ਮੇਰੀ ਗੱਲ ਨਹੀਂ ਮੇਰੀ ਨਹੀਂ ਐ ਐ ਮੇਰੀ 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 ਗੱਲ ਸੁਣੋ ਭਾਜੀ ਹਾਂ ਜੀ ਇਹ ਤੇਰੇ ਖਿਲਾਫ ਸਨ ਹਾਂ ਜੀ ਸਾਰੇ ਖਿਲਾਫ ਸਨ ਨਹੀਂ ਮੇਰੇ ਭਰਾ ਨੇ ਕੋਈ ਖਿਲਾਫ ਨਹੀਂ ਨਹੀਂ ਭਰਾਵਾ ਆਪੇ ਤੂੰ ਤੂੰ ਖਿਲਾਫ ਹੋਏ ਇੱਕ ਦੂਜੇ ਦੇ ਤੂੰ ਫੜੇਗੇ ਹੁਣ ਤੂੰ ਸਾਡੇ ਉਲਟ ਰੋ ਬੇਈਮਾਨ ਆਦਮੀ ਤੂੰ ਝੂਠਾ ਤੁਹਾਨੂੰ ਪਤਾ ਤੂੰ ਸਾਡੇ ਨਾਲ ਲੜਾਈ ਕਰਦਾ ਹੈ ਮੈਂ ਸਮੇਂ ਲਗੇ ਤੇਰੇ ਵਜ੍ਹਾ ਸਾਡਾ ਲੜਾਈ ਤੂੰ ਲੜਵਾਉਂਦਾ ਹੈ ਸਾਨੂੰ ਸਾਰਿਆਂ ਨੂੰ ਮੈਂ ਨਹੀਂ ਲੜਾਉਂਦਾ ਭਾਈ ਮੈਂ ਪੈਸੇ ਦੇ ਕੇ ਤੁਹਾਨੂੰ ਲੜਾਣਾ ਹੀ ਆਹੋ ਮੈਂ ਫਿਲਮ ਨਹੀਂ ਬਣਾਣੀ ਤੂੰ ਨਹੀਂ ਬਣਾਣੀ ਤੂੰ ਸਾਡਾ ਤਮਾਸ਼ਾ ਵੇਣਾ ਮੇਰੀ ਗੱਲ ਸੁਣੋ ਮੇਰਾ ਸੀਨ ਕਰਨਾ ਜੇ ਤੇਰਾ ਸੀਨ ਆ ਨਹੀਂ ਭਾਜੀ ਤੁਸੀਂ ਤਾਂ ਮੇਰੀ ਗੱਲ ਸੀਨੀਅਰ ਫਨਕਾਰ ਹੋ ਤੁਸੀਂ ਮੇਰੇ ਨਾਲ 3 ਸਾਲ ਤੋਂ ਸੀਨੀਅਰ ਫਨਕਾਰ ਮੇਰੀ ਸਾਈਡ ਲਵੋ ਤੇਰੀ ਕਾਦੀ ਸਾਈਡ ਲਵੇ ਤੁਸੀਂ ਕੋਈ ਡਾਇਰੈਕਟਰ ਨਾਲ ਬਾਤਮੀ ਦਿਖਾ ਰਹੇ ਹੋ ਗੱਲ ਸੁਣੋ ਮੇਰੀ ਗੱਲ ਸੁਣੋ ਤੁਸੀਂ ਮੇਰੇ ਨਾਲ ਕਿਉਂ ਕਰ ਰਹੇ ਹੋ ਨਹੀਂ ਖਲੋ ਇਹਦੇ ਨਾਲ ਡਾਇਰੈਕਟਰ ਨਾਲ ਕਰ ਰਹੇ ਨੇ ਤੇਰੇ ਨਾਲ ਦੀ ਗੱਲ ਸੁਣੋ ਇੱਕ ਮਿੰਟ ਮੇਰੀ ਗੱਲ ਸੁਣੋ ਉਹਨੇ ਸਾਰਾ ਮਾਹੌਲ ਵੇਖਿਆ ਇਹਨੇ ਇਹ ਚੀਜ਼ਾਂ ਵੇਖੀਆਂ ਉਹ ਤਦ ਮੇਰੀ ਸਾਈਡ ਪੇ ਲੈਂਦੀ ਕਿ ਤੁਸੀਂ ਗਲਤ ਹੋ ਤੁਸੀਂ ਗਲਤ ਹੋ ਤੁਸੀਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਤੁਸੀਂ ਮੇਰੀ ਗੱਲ ਸੁਣੋ ਭਾਈ ਇਹਨੇ ਤੈਨੂੰ ਪਾਇਆ ਤਵੀਤ ਤੇ ਤੂੰ ਹੋ ਗਈ ਪਾਗਲ ਪਾਗਲ ਠੀਕ ਹੈ ਮੇਰੀ ਗੱਲ ਸੁਣ ਤੈਨੂੰ ਪਹਿਲਾਂ ਮੈਨੇ ਬਦਤਮੀਜ਼ੀ ਨਾ ਕਰ ਭਾਜੀ ਨਹੀਂ ਕੋਈ ਕਰ ਰਿਹਾ ਵੇਖੋ ਕੰਮ ਕਰੀਏ ਭਾਜੀ ਜਾਨ ਤੁਹਾਨੂੰ ਮੈਂ ਨਹੀਂ ਭਾਈ ਸੀਨ ਕਰਦਾ ਕਿਉਂ ਨਹੀਂ ਸੀਨ ਕਰਨਾ ਅਗਲਾ ਸੀਨ ਕਰਵਾਏ ਕਦੋਂ ਕਰੀਏ ਦੁਬਾਰਾ ਕਿਉਂ ਭਾਜੀ ਮੇਰੀ ਗੱਲ ਸੁਣ ਮੇਰੀ ਮੰਨੋ ਤੇਰੀ ਕਿਉਂ ਮੰਨੀ ਕਿਉਂ ਮੰਨੀ ਮੇਰੀ ਗੱਲ ਹੱਥ ਨਹੀਂ ਚੁੱਕੂ ਹੱਥ ਨਹੀਂ ਚੁੱਕਣਾ ਐ ਵੀ ਫੜਨਾ ਇੱਕ ਮਿੰਟ ਵੇਲੇ